ਸਤਿ ਸ੍ਰੀ ਅਕਾਲ ਜੀ ਪਿਆਰੇ ਪੰਜਾਬੀਓ ਦਾਸ ਕਬੱਡੀ ਲਖਾਰੀ ਬਿੱਟੂ ਸ਼ੰਕਰਿਆ ਰੰਗਲੇ ਪੰਜਾਬ ਤੋਂ ਲਓ ਤੁਹਾਡੇ ਨਾਲ ਇੱਕ ਲੋਕ ਤੱਤ ਸਾਂਝਾ ਕਰਨ ਲੱਗਿਆ ਜਾਨੀ ਕਿ ਲੋਕਾਂ ਦੀਆਂ ਗੱਲਾਂ ਹੋ ਮਾਇਕ ਲੋਕ ਤੱਤ ਜਿਹੜਾ ਲਿਖਿਆ ਕੱਢ ਗੱਲਾਂ ਚੋਂ ਗੱਲਾਂ ਨੂੰ ਆਲਸਨ ਸਾਪrai ਔਰਤ ਪਾਉਣ ਕਰਾਹੇ ਮੱਲਾਂ ਨੂੰ ਹੋ ਮੁਫਤ دیدار ਪੀ ਕੇ ਨਹੀਂ ਲਲਕਾਰਾ ਮਾਰੀ ਦਾ ਜੇ ਬੁੱਧੂ ਬੰਦਾ ਇੱਜ਼ਤ ਲਾਦੇ ਫਾਇਦਾ ਕੀ ਮੁੱਛ ਝਾੜੀ ਦਾ ਜੇ ਲੰਡੂ ਬੰਦਾ ਇੱਜ਼ਤ ਲਾਦੇ ਫਿਰ ਫਾਇਦਾ ਕੀ ਮੁੱਛ ਝਾੜੀ ਦਾ ਹੋ ਗਉ ਗਰੀਬ ਤੇ ਜ਼ੁਲਮ ਕਦੇ ਨਾ ਕਰੀਏ ਓਏ ਲੋਕੋ ਦਿਨ ਸਬਨਾਤੇ ਆਉਂਦੇ ਰੱਬ ਤੋਂ ਡਰੀਏ ਓਏ ਲੋਕੋ ਦਿਨ ਸਬਨਾਤੇ ਆਉਂਦੇ ਰੱਬ ਤੋਂ ਡਰੀਏ ਓਏ ਲੋਕੋ ਹਉ ਬੇਸਕ ਕਰੋ ਦਿਹਾੜੀ ਪਰ ਰੋਟੀ ਖਾਈਏ ਇੱਜ਼ਤਾਂ ਦੀ ਫੱਕਰ ਬੰਦੇ ਸਦਾ ਮਾਣਦੇ ਨੀਂਦਰ ਲਜਤਾਂ ਦੀ ਓਏ ਉਸ ਘਰ ਤੀ ਨਾ ਦਈਏ ਜਿੱਥੇ ਚੌਧਰ ਤੀਮੀ ਦੀ ਕਹਿਣ ਸਿਆਣ ਹਰ ਥਾਂ ਪੈਂਦੀ ਕਦਰ ਹਲੀਮੀ ਦੀ ਬਹੁਤਾ ਤੱਤਾ ਬੰਦਾ ਘਰ ਨੂੰ ਹੱਥੀਂ ਪੱਟਦਾ ਏ ਪਰ ਉਹ ਕਦੇ ਨਾ ਡੋਲੇ ਜੋ ਸੱਚ ਦੀ ਖੱਟੀ-ਖੱਟ ਦਾ ਏ ਉਹ ਕਦੇ ਨਾ ਡੋਲੇ ਜੋ ਸੱਚ ਦੀ ਖੱਟੀ-ਖੱਟ ਦਾ ਏ ਉਹ ਗੱਲ ਕਹਿ ਕੇ ਮੁੱਕਰ ਜਾਣਾ ਹੁੰਦਾ ਮੇਣਾ ਮਰਦਾਂ ਨੂੰ ਅੱਜ ਮਾਂ-ਬਾਪ ਲਈ ਦੁਨੀਆ ਭੁੱਲੀ ਫਿਰਦੀ ਫਰਜ਼ਾਂ ਨੂੰ ਔਰਤ ਪੁੱਤ ਦੇ ਪਰਦੇ ਜਦ ਬੰਦੇ ਤੋਂ ਰੱਖਦੀ ਐ ਕੀ ਚਟਣੀ ਉਹ ਅਲਾਹਦ ਜੋ ਪਿਉ ਦੀ ਦਾੜੀ ਪੱਤਦੀ ਐ ਹੋ ਕੀ ਕਰਨੀ ਮੁੱਛ ਕੁੰਡੀ ਜੇ ਪੱਗ ਪੈਰਾਂ ਵਿੱਚ ਰੁਲ ਜਾਵੇ ਐਸੀ ਧੀ ਨੂੰ ਦਈਏ ਮਾਰ ਜਿਹੜੀ ਇੱਜ਼ਤ ਭੁੱਲ ਜਾਵੇ ਐਸੀ ਧੀ ਨੂੰ ਦਈਏ ਮਾਰ ਬਈ ਜਿਹੜੀ ਇੱਜ਼ਤ ਭੁੱਲ ਜਾਵੇ ਹੋ ਬੱਚੇ ਜੀ ਦੇ ਲਾਈਕ ਉਹ ਬੰਦਾ ਮੁੱਢ ਅਮੀਰੀ ਦਾ ਸਦਾ ਵਿਗੜੇ ਬੰਦਾ ਤੀਵੀਂ ਰੱਖ ਦੇ ਸ਼ੌਕ ਵਧੀਰੀ ਦਾ ਹੋ ਵਿੱਚ ਸਵਾ ਦੇ ਬਹਿ ਕੇ ਗਾਲ ਕਦੇ ਵੀ ਕੱਢੀਏ ਨਾ ਕਰਜੇ ਬਾਰ ਅਣ ਕਿਤੇ ਜਿਹੜਾ ਉਹਨੂੰ ਜਿਉਂਦਾ ਛੱਡੀਏ ਨਾ ਕਹਿਣ ਸਿਆਣੇ ਸਾਂਝੇ ਕੰਮ ਚ ਟੰਗ ਫਸਾਈਏ ਨਾ ਨਾ ਝੂਠੀ ਭਰੋ ਗਵਾਹੀ ਝੂਠੀਆਂ ਕਸਮਾਂ ਖਾਈਏ ਨਾ ਨਾ ਝੂਠੀ ਭਰੋ ਗਵਾਹੀ ਝੂਠੀਆਂ ਕਸਮਾਂ ਖਾਈਏ ਨਾ ਹੋ ਬੇਸੱਕ ਰਸਤਾ ਔਖਾ ਪਰ ਸਦਾ ਜਿੱਤ ਹੁੰਦੀ ਸੱਚ ਦੀ ਮਸ਼ਹੂਰ ਬੰਦੇ ਦੇ ਪੈਰਾ ਥੱਲੇ ਛੱਤ ਹੁੰਦੀ ਕੱਚ ਦੀ ਹੰਕਾਰ ਦਾ ਠੇਡਾ ਵੱਜੇ ਹੰਕਾਰ ਦਾ ਠੇਡਾ ਵੱਜੇ ਤਾਂ ਹੋ ਜਾਏ ਚੱਕਨਾ ਚੂਰ ਕਹਿੰਦੇ ਉੱਪਰ ਵਾਲਾ ਸਭ ਦੇ ਦਿੰਦਾ ਤੋੜ ਗਰੂਰ ਕਹਿੰਦੇ ਹੋ ਸ਼ੰਕਰ ਵਾਲਿਆ ਧੀ ਤੋਂ ਲੈ ਕੇ ਪੈਸਾ ਖਾਈਏ ਨਾ ਖਾਨਦਾਨ ਹੀ ਲਈ ਮਰੀਏ ਬਿੱਟੂਆ ਪਿੱਠ ਦਿਖਾਈਏ ਨਾ ਖਾਨਦਾਨ ਹੀ ਲਈ ਮਰੀਏ ਬਿੱਟੂਆ ਪਿੱਠ ਦਿਖਾਈਏ ਨਾ ਧੰਨਵਾਦ ਜੀ ਪਿਆਰੇ ਪੰਜਾਬੀਓ ਧੰਨਵਾਦ ਹਾਂਜੀ ਪੰਜਾਬ ਚੈਨਲ ਦੇ ਜਿਨ੍ਹਾਂ ਨੇ ਦਾਸ ਨੂੰ ਬੋਲਣ ਦਾ ਮੌਕਾ ਦਿੱਤਾ ਸਤਿ ਸ੍ਰੀ ਅਕਾਲ ਰੱਬ ਰਾਖਾ